ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਿਸਾਨਾਂ ਦੀ ਖੁਸ਼ੀ ਸਰਕਾਰ ਨੂੰ ਨਵੀਂ ਜੋਸ਼ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਟਵੀਟ ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਕਿਸਾਨ ਸੋਨੇ ਦੀਆਂ ਫਸਲਾਂ ਤੇ ਕਟੋਕਟ ਸਮਰਥਨ ਮੁੱਲ ਵਿੱਚ ਵਾਅਦਾ ਕਰਨ ਦੇ ਹਾਲੀਆ ਕੈਬਨਿਟ ਫੈਸਲੇ ਦਾ ਸਵਾਗਤ ਕਰ ਰਹੇ ਸਨ ਇੱਕ ਹੋਰ ਟਵੀਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਸਤੀ ਉੱਤਰ ਪ੍ਰਦੇਸ਼ ਵਿੱਚ ਡਿਜੀਟਲ ਲਾਇਬ੍ਰੇਰੀ ਪਹਿਲ ਕਦਮੀ ਪ੍ਰਤੀਯੋਗੀ ਪ੍ਰਖਿਆਮਾ ਵਿੱਚ ਸ਼ਾਮਲ ਹੋਣ ਵਾਲੀ ਉਮੀਦਵਾਰਾਂ ਨੂੰ ਬਹੁਤ ਲਾਭ ਦੇਵੇਗੀ ਉਹ ਬਸਤੀ ਦੇ ਸੰਸਦ ਮੈਂਬਰ ਹਰੀ द्विवेदी के ट्वीट से प्रतिक्रिया दे रहे सन